ਕੀ ਹਾਲ ਆ ਦੋਸਤੋ, ਅੱਜ ਆਪਾਂ ਪਹੁੰਚੇ ਹਾਂ ਬਰਨਾਲਾ ਟਰੈਕਟਰ ਮੰਡੀ ਤੇ। ਤੇ ਤੁਹਾਨੂੰ ਦਿਖਾਉਣੇ ਅੱਜ ਕਿਹੜੇ ਕਿਹੜੇ ਟਰੈਕਟਰ ਮੰਡੀ ਦੇ ਉੱਤੇ ਆਏ ਹੋਏ ਆ ਤੇ ਕੀ ਕੀ ਇਹਨਾਂ ਦੇ ਰੇਟ ਚੱਲ ਰਹੇ ਆ, ਕੀ ਮੰਡੀ ਦਾ ਅੱਜ ਦਾ ਰੇਟ ਆ ਟਰੈਕਟਰਾਂ ਦਾ। ਤੇ ਵੈਸੇ ਸੁਣਿਆ ਵੀ ਇਹ ਮੰਡੀ ਵੀ ਦੋ ਥਾਂ ਲੱਗਦੀ ਹੈ, ਦੂਜੀ ਸਾਈਡ ਵੀ ਅਸੀਂ ਪਤਾ ਕਰਾਂਗੇ ਕਿੱਥੇ ਲੱਗਦੀ ਹੈ। ਤੁਹਾਨੂੰ ਮਿਲਾਉਣੇ ਆ ਟਰੈਕਟਰ ਜਿਹੜੇ ਕੋਈ ਲੈ ਕੇ ਆਏ ਵੀਰ, ਉਹਨਾਂ ਨਾਲ ਵੀ ਤੇ ਟਰੈਕਟਰਾਂ ਦੇ ਰੇਟ। ਕੀ ਹਾਲ ਆ ਵੀਰ ਜੀ? ਵਧੀਆ ਬਾਈ। ਕਿਹੜੀ ਜਗ੍ਹਾ ਤੋਂ ਆਪਾਂ ਆਏ ਆ ਜੀ? ਹੰਡਿਆਇਆ ਪਿੰਡ ਆ ਬਾਈ। ਹੈ ਹੰਡਿਆਇਆ? ਹਾਂਜੀ। ਅੱਛਾ, ਤੇ ਅੱਜ ਟਰੈਕਟਰ ਮੰਡੀ ਤੇ ਲੈ ਕੇ ਆਏ ਹੋ? ਹਾਂ ਬਾਈ। ਕਿਹੜਾ? ਸੋਨਾਲੀਕਾ ਜੀ? ਸੋਨਾਲੀਕਾ 750 ਬਾਈ। ਅੱਛਾ, ਸੋਨਾਲੀਕਾ ਕੀ ਕਿਹੜਾ ਮਾਡਲ ਹੈ ਜੀ ਇਹ? 2011 ਮਾਡਲ ਹੈ ਵੀਰੇ। 2011 ਮਾਡਲ ਹੈ ਜੀ। 350,000 ਰੁਪਏ ਮੁੱਲ ਕੀਤਾ ਹੈ। ਨੰਬਰ ਫਸਟ ਹੁੰਦਾ ਜੀ? ਹਾਂਜੀ, ਤਰਨ ਤਾਰਨ ਦਾ ਨੰਬਰ ਹੈ ਬਾਈ। ਅੱਛਾ, ਤਰਨ ਤਾਰਨ ਦਾ ਨੰਬਰ ਹੈ ਜੀ। ਹਾਂਜੀ, ਤੇ 2011 ਮਾਡਲ ਫਸਟ ਓਨਰ ਤਰਨ ਤਾਰਨ ਦਾ ਨੰਬਰ। ਬਾਕੀ ਰੇਟ ਵਗੈਰਾ ਦਾ ਮੌਕੇ ਤੇ ਜਿਵੇਂ ਹਨਾ ਕੋਈ? ਹਾਂ ਹਾਂ ਬਾਈ, ਕਰ ਲਾਂਗੇ। ਤੇ ਕੱਲਾ ਇੱਕ ਹੀ ਟਰੈਕਟਰ ਆਇਆ ਜਪਣ ਮੰਡੀ? ਹਾਂਜੀ ਬਾਈ, ਨਵੇਂ ਟਾਇਰ ਆ ਗਏ, ਸਾਰਾ ਓਰੀਜਨਲ ਆ। ਅੱਛਾ, ਸਾਰਾ ਓਰੀਜਨਲ ਆ, ਟਾਇਰ ਨਵੇਂ ਆ, ਨਾਲ ਦੀ ਆ ਟਾਇਰ ਕੇ ਆ? ਇਹ ਬਾਈ ਦੂਜੀ ਜੋੜੀ ਹੈਗੀ, 2019 ਦੇ ਮਾਰਕੇ ਦੇ ਟਾਇਰ ਆ। ਅੱਛਾ, 2019 ਦੇ ਮਾਰਕੇ ਦੇ ਗੁਡੀਅਰ ਦੇ ਅਗਲੇ ਟਾਇਰ ਆ, ਤੇ ਮਗਰਲੇ ਵੀ ਗੁਡੀਅਰ ਦੇ ਆ। ਦੇਖੋ ਜੀ, ਟਾਇਰ ਬਿਲਕੁਲ ਨਾਲ ਦੇ ਆ, ਘੁੰਮਣੇ ਜੇ ਵੀ ਜਿਹੜੇ ਹੁੰਦੇ ਟਾਇਰਾਂ ਦੇ ਬਿਲਕੁਲ ਫੁੱਲੋ ਕੇ ਕੰਡੀਸ਼ਨ। ਡੈਕ ਵਗੈਰਾ ਵੀ ਨਾਲ ਆ ਜੀ ਕੰਪਲੀਟ? ਸਾਰਾ ਕੁਝ ਨਾਲ ਆ। ਅੱਛਾ, ਡੈਕ ਵਗੈਰਾ ਸਾਰਾ ਕੁਝ ਕੰਪਲੀਟ ਹੈ ਜੀ, ਡੰਡਾ ਵੀ ਹੈਗਾ, ਸਾਰਾ ਕੁਝ ਨਾਲ ਆ। ਅੱਛਾ, ਡੰਡਾ ਵਗੈਰਾ ਸਾਰਾ ਕੁਝ ਨਾਲ ਆ ਜੀ। ਬਾਕੀ ਮੌਕੇ ਤੇ ਜੋ ਰੇਟ ਬਣੂਗਾ ਉਹ ਜਿਹਾ ਹੋ ਜੂਗਾ। ਇਹ ਇੱਕ ਵਾਰੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ। 90302-27000 ਬਾਈ। 90302-27000 ਪੂਰਾ? 27000, ਠੀਕ ਹੈ ਜੀ। ਅਸੀਂ ਨੰਬਰ ਬਾਈ ਜੀ ਦਾ ਸਕਰੀਨ ਤੇ ਚਲਾਵਾਂਗੇ। ਆਹ ਟਰੈਕਟਰ ਤੁਹਾਨੂੰ ਦਿਖਾਇਆ ਜੀ, ਸੋਨਾਲੀਕਾ 50 ਵਾਲਾ, ਤੇ 2011 ਮਾਡਲ ਹੈ। 3.5 ਲੱਖ ਰੁਪਇਆ ਬਾਈਆਂ ਨੇ ਮੁੱਲ ਮੰਗਿਆ ਇਹਦਾ, ਬਾਕੀ ਮੌਕੇ ਤੇ ਹੋ ਜੂਗਾ। ਪੰਜਾਬ ਨੰਬਰ ਹੈ, ਤਰਨ ਤਾਰਨ ਹੈ, ਪਹਿਲੇ ਓਨਰ ਨਾ ਹੈ। ਟਾਇਰ ਚਾਰੇ ਨਵੇਂ ਆ ਬਿਲਕੁਲ ਗੁਡੀਅਰ ਦੇ। ਤੇ ਜੇ ਕੋਈ ਕਿਸੇ ਨੂੰ ਇਹ ਟਰੈਕਟਰ ਬਾਰੇ ਜਾਣਕਾਰੀ ਲੈਣੀ, ਉਹਨਾਂ ਦਾ ਨੰਬਰ ਅਸੀਂ ਸਕਰੀਨ ਤੇ ਚਲਾਵਾਂਗੇ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ। ਕੀ ਹਾਲ ਆ ਬਾਈ ਜੀ? ਠੀਕ ਠਾਕ ਜੀ। ਕਿਹੜੀ ਜਗ੍ਹਾ ਤੋਂ ਆਏ ਜੀ ਆਪਾਂ? ਬਾਦਸ਼ਾਹਪੁਰ ਤੋਂ ਜੀ। ਬਾਦਸ਼ਾਹਪੁਰ ਤੋਂ? ਕੀ ਅੱਜ ਟਰੈਕਟਰ 750 ਲੱਗਿਆ ਜੀ? ਹਾਂਜੀ ਹਾਂਜੀ। ਕਿਹੜਾ ਮਾਡਲ ਹੈ ਜੀ ਇਹ? 96 ਜੀ। 96 ਮਾਡਲ ਹੈ, ਕਿੱਥੋਂ ਦਾ ਨੰਬਰ ਹੈ ਜੀ ਇਹ? ਇਹ ਸੰਗਰੂਰ ਦਾ ਜੀ। ਸੰਗਰੂਰ ਦਾ ਨੰਬਰ ਹੈ। ਟਾਇਰ ਟੂਰ ਕਿਵੇਂ ਹੈ ਜੀ ਇਹਦੇ? ਟਾਇਰ ਓਕੇ ਨੇ ਜੀ। ਟਾਇਰ ਓਕੇ ਹੈ, ਸੈਲਫ ਸਟਾਰਟ ਹੈ? ਵਧੀਆ ਸੈਲਫ ਸਟਾਰਟ ਜੀ, ਇੰਜਨ ਦਾ ਵਧੀਆ, ਐਨ ਓਕੇ ਹੈ ਜੀ ਜਮਾ। ਅੱਛਾ, ਤੇ ਕੀ ਇਹਦਾ ਮੁੱਲ ਕੀਤਾ ਸਰ? 215 ਜੀ। 215 ਜੀ। ਮੌਕੇ ਤੇ ਹੋ ਜੂਗਾ ਕੋਈ? ਹੋ ਜੂ ਜੀ, ਹੋ ਜੂ, ਕੋਈ ਗੱਲ ਨਹੀਂ। ਨੰਬਰ ਪੰਜਾਬ ਸੰਗਰੂਰ ਦਾ, ਜੇ ਮੰਨ ਲਓ ਵੀ ਤੁਸੀਂ ਆਪਣੇ ਨਾਂ ਕੇ ਜੇ ਗਾਹੀ ਪਿਆ ਉਹਨਾਂ ਦੇ ਨਾਂ ਹੀ ਪਿਆ? ਹਾਂਜੀ ਹਾਂਜੀ ਹਾਂਜੀ। ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ ਇੱਕ ਵਾਰੀ। 84278 ਜੀ, 34181। ਕੀ ਆਪਣਾ ਨਾਮ ਕੀ ਜੀ? ਦਰਸ਼ਨ ਹੈ ਜੀ। ਕੋਈ ਨਾ, ਜਿਹੜਾ ਹੋ ਗਿਆ ਪੁੱਛ ਲਾਂਗੇ ਆਪਾਂ ਬਾਅਦ ਚ ਕੀ ਕੁਛ ਹੋ ਗਿਆ। ਵਾਹ ਵੀਰ ਬਣ ਕੇ ਤੂੰ ਸਾਨੂੰ ਹੋ ਗਿਆ ਕੋਈ ਕਰ ਲੈਂਦੇ ਇਹਦੀ ਗੱਲ ਕਿਉਂ ਲੋਣਾ ਆ ਜੋ ਅੱਜ ਕੋਈ ਵੀਡੀਓ ਉਹ ਸਾਲ ਦਾ ਮਹੀਨਾ ਕਿਹੜਾ ਕਾਦਾ ਸੌਦਾ ਹੋ ਗਿਆ ਜੀ ਕਿਤੇ ਕਾਹੇ ਦਾ ਨਹੀਂ ਹੋਇਆ ਇਹਦਾ ਵਿਚਾਲੇ 735 ਦਾ ਜੀ ਕਿਹੜਾ ਮਾਡਲ ਹੈ ਜੀ ਮਾਡਲ ਹੈ ਇਹ 97 ਕਿਹੜਾ ਇਹ ਮਾਲਕ ਤੋਂ ਪੁੱਛ ਲੈ ਲਿਆ ਹੋਰ ਹੁਣ ਕਾਪੀ ਤੂੰ ਮਾਰੋ ਲਿਆਉਂਗੇ ਸੌਦਾ ਨਿਪੜਿਆ ਨਹੀਂ ਕੋਈ ਨਿਪੜ ਗਿਆ ਬਈ ਆ ਦਾ ਨਿਪੜਿਆ ਨਾ ਹੋਗਾ ਤੈਨੂੰ ਇੰਨਾ ਤਾਂ ਪਤਾ ਹੁਣ ਲਕਵਾੜੀ ਏਰੀਆ ਦੇ ਰੱਖ ਦੇ ਤੂੰ ਕਹਿੰਦਾ ਹੁਣਾ ਯਾਰ ਸੁਣਾ ਯਾਰ ਨੇਟਰਾ ਮਾਰ ਯਾਰ 750 ਯਾਰ ਉਹ ਨਿਪੜ ਗਿਆ 500 ਹੋਰ ਲੈ ਲਿਓ ਕਿਉਂ 500 ਰੁਪਏ ਤੈਨੂੰ ਭਾਂਗੇ ਕੋੜ ਗਿਆ ਆ ਯਾਰ ਖੇਡ ਗਿਆ ਪੜਤਾ ਲੈ ਯਾਰ ਮੈਂ ਕੀ ਕਹਣਾ ਮੈਨੂੰ ਘਾਟਾ ਵਾਲਾ ਬੋਲਾ ਨਵਾਂ ਡਾਕਟਰਾ ਬਈ ਆ ਸਾਈਡ ਕਰ ਦਿੱਤ ਕਰਾਓ ਅਗਲੇ ਤੋਂ ਦੱਸ ਕਰ ਤੂੰ ਦਾ ਕਰ ਮੈਂ ਤਾਂ ਕਰ ਦੂੰਗਾ ਇਹ ਲੈ ਦਾ ਕਰ ਆਪਾਂ ਭਜਦੇ ਸੋ ਤੋਂ ਮਾਡਲ ਹੈ ਜੀ ਇਹ
देखते हैं किन्ने कितना बनता है, बस थोड़ा घना फर्क है 24-24 के बाकी। हाँ ट्रैक्टर है जी, पंजाब नंबर है, ये सौदा हो रहा उ गया बस जी, अद्धे चो भी मैं लगता है कि पै जूगा दिखा रहे हैं। ये हो चुके हैं 24,00,000 का ट्रैक्टर जी। हाँ जी आज दोस्तों सोनू दिखाने से मंडी के ट्रैक्टर आज जी, DI ट्रैक्टर 265, ये मॉडल हैगा जी 93, रेट है जी 1,35,000 रुपया जी। तो आ ट्रैक्टर की कंडीशन है जी, तो पंजाब नंबर है जी ये, तो DI है ट्रैक्टर 265 जी। अगे तो दिखाने से जी आएगा 735 स्वराज, ये भी पंजाब नंबर ट्रैक्टर है जी, तो यदा मुल बाइया ने किया होया जी, मॉडल हैगा 2000, रेट है जी 2,30,000 रुपया जी। ट्रैक्टर के टायर चारे नवे है जी, बिल्कुल देख सकते हो जी, तो मगरले भी टायर नवे सारे वधिया कंडीशन दे विच पिया है। तो अगे आ गया जी फार्म ट्रैक, ये भी पंजाब नंबर है जी ट्रैक्टर, मॉडल 2007 है जी ये, तो कीमत दी 2,65,000 रुपया जी। ये जी बरनाला मंडी का रेट है जी, अज का पंजाब दे विच लगती है बरनाला मंडी बस स्टैंड के कोल, ये दो थां मंडी लगती है, उसनों दूजा भी दिखावांगे। आ ट्रैक्टर है जी 855 जी, 96 मॉडल, 855-96 मॉडल ट्रैक्टर, 1,70,000 रुपये का मुल लिखा जी भाइया ने। मूरले टायर नवे है जी, तो मगरले टायर जी अदो घट जे लगते हैं, तो बाकी कंडीशन कंडूशन यदि देख लो जी, आप दिखा सकते हैं जी। 96 मॉडल ट्रैक्टर है जी, 1,70,000 रुपये का मुल किया गया जी। तो आओ जी अगे सू होर भी दिखाने गए। आ गया जी सोना लीका DI-60 RX ट्रैक्टर जी, ट्रैक्टर बहुत सोहना जी देखने दे, मॉडल है जी ये 2012, कीमत दी शायद ढाई जब अखर 4,10,000 है जी, तो पंजाब नंबर है जी ये, ट्रैक्टर का ये रेट है। आ गया जी फिर पुराना मॉडल 855 ट्रैक्टर, 96 मॉडल, कीमत जी 2,15,000 रुपया जी। 96 मॉडल 855 जी, टायर टूल वधिया पे है जी, ठीक है, वैंट्री वगैरह हैगी जी कंप्लीट है। तो बाकी चलो अगे होर भी दिखाने जी। आ गया जी 855 ट्रैक्टर जी, मॉडल है जी 2012, रेट है 4,70,000 रुपये जी। ट्रैक्टर बहुत सोहना जी, बिल्कुल नवा ट्रैक्टर आ, देखो छतरी छुतरी भी दूजी लगी है जी, टायर टूर की कंडीशन ठीक पई है, नाल दिया मुनमुने जी भी है टिमकने जी, नाल मगरले टायर भी BKT के टायर है जी, बहुत सोहनी कंडीशन है ट्रैक्टर की। 855 ट्रैक्टर, देखो छतरी भी दूजी, डिक डुक दूजा लगे जी, फिर ही लाया होगा जी देना होना ने सब कुछ, ट्रैक्टर बहुत सोहना जी ये 855 FE, देखो जी ट्रैक्टर बहुत सोहना, अगे दे नाल खड़ा जी, कबूतो ट्रैक्टर भाई जी पुछने आप खड़े, भाई केड़ा ट्रैक्टर है जी ये, कबूता केड़ा ने ये, जापान जपून का बाहर है। अच्छा जी इहदा की मुल मल किहड़ा ट्रैक्टर, मॉडल 2018 रेट है जी 5,60,000 रुपया, बाहरली आइटम है जी, कोई बरनाला मंडी ते पहुंची है, दिखाने सोनू यंत्र कबूता ना दस दे भाई इहदा, कहिंदे पता नहीं कित्थों दा जापान जपून दी काढ दस दे कोई,
ਕਹਿੰਦੇ ਜੀ ਖਰਚਾ ਬਹੁਤ ਘੱਟ ਆ ਬਾਈ ਦੱਸਦੇ ਆ ਕਹਿੰਦੇ ਇਹਦਾ ਆ ਲਿਖਿਆ ਜੀ ਡਿਜ਼ਾਈਨਡ ਬਾਈ ਕਬੂਤਾ ਇਨ ਜਪਾਨ ਇਹਦਾ ਜਿਹੜੀ ਪਾਵਰ ਵਗੈਰਾ ਹੁੰਦੀ ਜਿਵੇਂ ਜਾਂ ਦੇਖੋ 5501 ਤਿੰਨ ਈਅਰ ਇਹਦੀ ਵਾਰੰਟੀ ਦਿੱਤੀ ਹੈ ਅਤੇ 2018 ਮਾਡਲ ਹੈ ਵਾਰੰਟੀ ਤਾਂ ਵੈਸੇ ਲੱਗ ਚੁੱਕੀ ਹੈ ਆਹ ਟਰੈਕਟਰ ਹੈ ਜੀ ਦੇਖੋ ਜੀ ਬਿਲਕੁਲ ਨਵੇਂ ਟਰੈਕਟਰ ਅਰਜਨ 2021 ਮਾਡਲ ਜੀ ਮੈਨੂੰ ਲਿਖਿਆ ਜੀ ਇਹਦਾ 5,80,000 ਰੁਪਇਆ ਅਤੇ ਟਰੈਕਟਰ ਬਿਲਕੁਲ ਨਵਾਂ ਜੀ ਫਰੈਸ਼ ਕਾਗਜ਼ ਵੀ ਸੀਟਾਂ ਦੇ ਹਜੇ ਨਾਲ ਆ ਸਾਰਾ ਕੁਛ ਛਤਰੀ ਜਿਹਾ ਦੇਖੋ ਜੀ ਬਹੁਤ ਸੋਹਣਾ ਟਰੈਕਟਰ ਆ ਬਿਲਕੁਲ ਫਰੈਸ਼ ਆ ਜਮਾਂ ਤਾਜ਼ਾ ਟਰੈਕਟਰ ਹੈ ਟਾਇਰ ਟੂਰ ਬਿਲਕੁਲ ਨਾਲ ਦੇ ਹੈ ਅਪੋਲੋ ਦੇ ਟਾਇਰ ਹੈ ਜੀ ਅਤੇ ਅਗਲੇ ਗੁਡੀਅਰ ਦੇ ਆ ਜੀ ਬਿਲਕੁਲ ਨਵੇਂ ਟਾਇਰ ਆ ਦੇਖੋ ਅਪੋਲੋ ਦੇ ਟਾਇਰ ਹੈ ਜੀ ਚਾਰੇ ਇਹਦੀ ਕੀਮਤ ਹੈ ਜੀ ਟਰੈਕਟਰ ਬਿਲਕੁਲ ਨਵਾਂ ਜੀ ਫਰੈਸ਼ ਅਰਜੁਨ ਟਰੈਕਟਰ ਆਹ ਦੇਖੋ ਨਾਲ ਇਹਦੇ ਖੜ੍ਹਾ 855 ਅਤੇ ਆਹ ਤਾਂ ਮੈਨੂੰ ਇਹ ਵੀ ਜਮਾਂ ਨਵਾਂ ਟਰੈਕਟਰ ਹੈ ਜੀ ਤਾਜ਼ਾ ਏਜੰਸੀ ਦਾ ਆਇਆ ਹੋਇਆ ਲੱਗਦਾ ਅਤੇ ਬਾਈ ਦੇਖ ਰਹੇ ਨੇ ਦਿਖਾਉਣ ਸੋਨੂੰ ਦਾ ਕੀ ਰੇਟ ਹੈ ਜੀ ਮਾਡਲ ਇਹ ਵੀ 2021 ਹੈ ਜੀ 6,65,000 ਰੁਪਏ ਦਾ ਮੁੱਲ ਕੀਤਾ ਛਤਰੀ ਛੁਤਰੀ ਬਹੁਤ ਸ਼ੌਂਕ ਦੀ ਲੱਗੀ ਹੋਈ ਟਰੈਕਟਰ ਦੇ ਜੀ 855 ਸਵਰਾਜ ਹੈ ਜੀ ਅਤੇ ਸਾਰੇ ਪਾਸੋਂ ਦੇਖੋ ਜੀ ਬਿਲਕੁਲ ਤਾਜ਼ਾ ਜੀ ਤਾਂ ਸ਼ੋਰੂਮ ਟਰੈਕਟਰ ਹੈ ਸ਼ੋਰੂਮ ਟਰੈਕਟਰ ਵੀ ਇਸ ਮੰਡੀ 'ਤੇ ਆਉਂਦੇ ਜੀ ਕੋਈ ਸ਼ੱਕ ਨਹੀਂ ਸੋ ਅਸੀਂ ਦਿਖਾਉਣਾ ਬਿਲਕੁਲ ਤਾਜ਼ਾ ਟਰੈਕਟਰ 855 2021 ਮਾਡਲ ਅਤੇ ਇਹਦੀ ਜੀ ਪਲੇਟ ਹੈ ਜੋ ਵੀ ਇਹਦੇ 'ਤੇ ਡਾਟਾ ਲਿਖਿਆ ਟਾਇਰ ਟੂਰ ਇਹਦੇ ਵੀ ਗੁਡੀਅਰ ਦੇ ਮਗਲੇ 16928 ਦੇ ਜੀ ਅਤੇ ਅਗਲੇ ਟਾਇਰ ਵੀ ਗੁਡੀਅਰ ਦੇ ਨਾਲ ਦੀ ਟਾਇਰ ਲੱਗਦੇ ਆ ਜੀ ਅੱਗੇ ਦੇਖੋ ਆਹ ਵੀ 855 ਟਰੈਕਟਰ ਹੈ ਜੀ 2018 ਮਾਡਲ ਟਰੈਕਟਰ ਹੈ 5,80,000 ਰੁਪਈਆਂ ਨੇ ਇਹਦੀ ਕੀਮਤ ਲਿਖੀ ਹੈ ਬਿਲਕੁਲ ਟਰੈਕਟਰ ਨਵਾਂ ਜੀ ਪੰਜਾਬ ਨੰਬਰ ਹੈ PB19 ਅਤੇ ਇਹ ਵੀ ਟਰੈਕਟਰ ਬਿਲਕੁਲ ਨਵਾਂ ਆਹ ਟਰੈਕਟਰ ਆ ਗਿਆ ਜੀ ਅੱਗੇ ਸਵਰਾਜ 855 2010 ਮਾਡਲ 3,35,000 ਰੁਪਏ ਬਾਈਆਂ ਨੇ ਮੁੱਲ ਕਰਿਆ ਹੋਇਆ ਟਰੈਕਟਰ ਦਾ ਜੀ ਅਤੇ ਦਿਖਾਉਂਦੇ ਰਹੇ ਨੇ ਜੀ ਇਹਨਾਂ ਦੀ ਕੰਡੀਸ਼ਨ ਟਰੈਕਟਰਾਂ ਦੀ ਬਰਨਾਲਾ ਮੰਡੀ ਦੇ ਰੇਟ ਆ ਜੀ ਇਹ ਆਹ ਸੋਨਾ ਲੀਕਾ 60 ਵਾਲਾ ਜੀ 2010 ਮਾਡਲ 3,20,000 ਰੁਪਏ ਟਰੈਕਟਰ ਦਾ ਮੁੱਲ ਕਰਿਆ ਹੋਇਆ ਜੀ ਅਤੇ ਦੇਖੋ ਜੀ 1,328 ਦੇ ਟਾਇਰ ਹੈ ਟਰੈਕਟਰ ਦੀ ਕੰਡੀਸ਼ਨ ਜੀ ਆਹ ਸੋਨਾ ਲੀਕਾ RX ਖੜ੍ਹਾ ਟਰੈਕਟਰ ਜੀ ਆ ਤਾਂ ਜਮਾਂ ਬਿਲਕੁਲ ਹੀ ਤਾਜ਼ਾ ਹੈ ਜਿਵੇਂ ਏਜੰਸੀ 'ਚੋਂ ਆਇਆ ਹੁੰਦਾ ਅਪੋਲੋ ਦੇ ਟਾਇਰ ਹੈ ਜੀ ਦੇ 14928 ਦੇ ਅਤੇ ਟਰੈਕਟਰ ਬਿਲਕੁਲ ਫਰੈਸ਼ ਜਮਾਂ ਤਾਜ਼ਾ ਸੀਟਾਂ 'ਤੇ ਕਵਰ ਕੁਵਰ ਵੀ ਕਾਗਜ਼ ਵੀ ਉਵੇਂ ਪਏ ਹੈ ਜੀ ਅਤੇ ਅਗਲੇ ਟਾਇਰ ਬਿਲਕੁਲ ਨਵੇਂ ਹੈ ਜੀ ਆਹ ਦੇਖੋ ਟਿਮਕਣੇ ਜੇ ਨਾਲ ਹੈ ਜੀ ਟਾਇਰਾਂ ਦੇ ਤੁਹਾਨੂੰ ਦਿਖਾ ਦਿੰਦੇ ਅਸੀਂ ਗੁਡੀਅਰ ਦੇ ਟਾਇਰ ਹੈ ਮਗਰਲੇ ਪੋਲੋ ਦੇ ਅਗਲੇ ਗੁਡੀਅਰ ਦੇ ਹੈ ਇਹ ਮਾਡਲ ਹੈਗਾ ਜੀ 2021 ਅਤੇ 6,35,000 ਰੁਪਈਆਂ ਨੇ ਇਹਦਾ ਮੁੱਲ ਕਰਿਆ ਹੋਇਆ ਜੀ ਬਿਲਕੁਲ ਨਵਾਂ ਟਰੈਕਟਰ ਸ਼ੋਰੂਮ ਕੰਡੀਸ਼ਨ ਅੱਗੇ ਹੈਗਾ ਜੀ 855 ਇਹ ਵੀ ਜੀ ਫਰੈਸ਼ ਹੀ ਹੈ 2021 ਮਾਡਲ ਹੈ 6,65 ਮੁੱਲ ਇਹਦਾ ਕੀਤਾ ਹੋਇਆ ਜੀ ਸ਼ੋਰੂਮ ਕੰਡੀਸ਼ਨ ਹੈ ਮਗਰਲੇ ਟਾਇਰ ਗੁਡੀਅਰ ਦੇ ਨਵੇਂ ਹੈ ਬਿਲਕੁਲ ਅਗਲੇ ਵੀ ਗੁਡੀਅਰ ਦੇ ਚਾਰੇ ਟਾਇਰ ਗੁਡੀਅਰ ਦੇ ਟਰੈਕਟਰ ਹੈ ਜੀ ਆਹ ਲਾਈਨ ਦੇ ਵਿੱਚ ਤਕਰੀਬਨ ਸਾਰੇ ਉੱਚੇ ਮਾਡਲ ਹੀ ਲੱਗੇ ਹੋਏ ਆ ਮੇਨ ਰੋਡ ਦੇ ਉੱਪਰ ਬਰਨਾਲਾ ਮੰਡੀ ਦੇ ਬੱਸ ਸਟੈਂਡ ਦੇ ਕੋਲੇ ਅੱਗੇ ਆ ਗਿਆ ਜੀ ਸੋਨਾ ਲੀਕਾ DI50 ਇਹ ਮਾਡਲ ਹੈ 2020 ਕੀਮਤ ਹੈ ਜੀ 4,80,000 ਰੁਪਈਆ ਜੀ ਦੇਖੋ ਜੀ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਟਰੈਕਟਰ ਹੈ ਜੀ ਹੈਗੇ ਬਿਲਕੁਲ ਫਰੈਸ਼ ਅੱਗੇ ਟਰੈਕਟਰ ਚੱਲ ਰਿਹਾ ਜੀ ਦਿਖਾਉਂਦੇ ਅਸੀਂ 855 ਪੰਜਾਬ ਨੰਬਰ ਮਾਡਲ 2012 4,30,000 ਰੁਪਏ ਬਾਈਆਂ ਨੇ ਮੁੱਲ ਕਰਿਆ ਟਰੈਕਟਰ ਦਾ ਜੀ ਬਾਈ ਦੇਖ ਰਹੇ ਇਹਨਾਂ ਨੂੰ ਆ ਖੜਾ ਜੀ 855 1998 ਮਾਡਲ 2,00,000 ਕੀਮਤ ਰੱਖੀ ਗਈ ਹੈ
हां भाई दा 98 मॉडल 853 ट्रैक्टर है 180 दिखाने जी की हाल है भाई जी ठीक है बढ़िया भाई केडी जगह तो पाए जी राजगढ़ तो जी राजगढ़ तो कितने ट्रैक्टर पर बोले जी हां ही है जी हां जी ये 98 मॉडल है जी हां जी हां जी ये नंबर कितना है जी पंजाब दा पंजाब दा हां टायर देख लो जी 90 पैसे दा मोहर लेने ते 60 तो 30 ने हाँ बाहर पंप है बाहर पंप है जी बाहर पंप है जी हाँ जी हाँ जी आपको यार बाकी तो मौके पे हो जू है ना हाँ जी हाँ जी हाँ जी ਇਹਦਾ ਪਿੰਡ ਦੱਸਿਆ ਸੀ ਰਾਜਗੜ੍ਹ 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 ਕਿੱਥੇ ਰਹਿ ਗਿਆ ਜੀ ਇਹ ਆ ਦੇ ਫਰਵਾਹੀ ਦੇ ਨਾਲ ਬਰਨਾਲੇ ਤੋਂ 7-8 ਕਿਲੋਮੀਟਰ ਆ ਤਰੌਲਾ ਰੋਡ ਤੇ ਹਾਂ ਤਰੌਲਾ ਰੋਡ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ ਇੱਕ ਵਾਰੀ 88476 13096 ਦੇਖੋ ਜੀ ਸਸਤੇ ਤੋਂ ਸਸਤੇ ਟਰੈਕਟਰ ਵੀ ਮੰਡੀ ਚ ਆਉਂਦੇ ਮਹਿੰਗੇ ਤੋਂ ਮਹਿੰਗੇ ਆ ਜੀ ਮਹਿੰਦਰਾ ਮਾਡਲ ਆ 11 ਰੇਟ ਆ ਜੀ 1,10,000 ਰੁਪਿਆ ਜੇ ਕਿਸੇ ਬਾਈ ਨੇ ਘਰ ਦੇ ਥੋੜੇ ਕੰਮ ਹਰੇ ਚਾਰੇ ਵਾਸਤੇ ਲੈਣਾ ਟਰੈਕਟਰ ਛੋਟਾ ਅੱਗੇ ਆ ਗਿਆ ਜੀ ਨਾਲ ਸਵਰਾਜ ਦਾ 735 ਤੇ ਇਹਦਾ ਦਿਖਾਉਣੇ ਜੀ ਸੁਣੋ ਅਸੀਂ ਮਾਡਲ 94 1,30,000 ਰੁਪਏ ਵਾਈਆਂ ਇਹਦਾ ਮੁੱਲ ਕਰਿਆ ਜੀ 735 ਜਿਵੇਂ ਘਰ ਵਾਸਤੇ ਛੋਟੇ ਕੰਮਾਂ ਵਾਸਤੇ ਵੈਸੇ ਤਾਂ ਛੋਟੇ ਕੀ 735 ਦਾ ਬਹੁਤ ਵੱਡਾ ਟਰੈਕਟਰਾਂ 'ਚ ਆ ਜਾਂਦਾ ਬਹੁਤ ਵਧੀਆ ਕੰਮ ਦਿੰਦਾ ਇਹ ਅਤੇ ਅੱਗੇ ਵੀ 735 ਖੜਾ ਜੀ ਇੱਥੇ ਅਤੇ ਇਹ ਹੈਗਾ ਜੀ ਮਾਡਲ 98 ਰੇਟ ਇਹਦਾ ਜੀ 1,75,000 ਰੁਪਇਆ ਜੀ 735 ਸਵਰਾਜ ਆ ਵੀ 735 ਸਵਰਾਜ ਹੈ ਜੀ ਟਰੈਕਟਰ ਪੰਜਾਬ ਨੰਬਰ ਲੁਧਿਆਣਾ PB010 ਮਾਡਲ ਹੈ ਜੀ 90,30,000 ਵਾਈਆਂ ਨੇ ਦਾ ਮੁੱਲ ਲਿਖਿਆ ਹੋਇਆ ਜੀ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਸਤੇ ਟਰੈਕਟਰ ਮੰਡੀ 'ਚ ਪਏ ਜੀ ਆ ਵੀ ਜੀ ਸਵਰਾਜ 735 ਅਤੇ ਇਹਦਾ ਮੁੱਲ ਵਾਈਆਂ ਨੇ ਮਾਡਲ 86 ਜੀ ਮੇਰੀ ਉਮਰ ਤੋਂ ਖੈਰ 1 ਸਾਲ ਵੱਡਾ ਜੀ 1,18,000 ਰੁਪਏ ਦੀ ਕੀਮਤ ਲਿਖੀ ਹੈ ਅਜੇ ਵੀ ਮਾਰਕੀਟ ਦੇ ਵਿੱਚ ਚੱਲ ਰਿਹਾ ਦੇਖੋ ਜੀ ਅੱਗੇ ਬਹੁਤ ਬੜੇ ਬੜੇ ਟਰੈਕਟਰ ਮੰਡੀ ਦੇ ਵਿੱਚ ਖੜ੍ਹੇ ਆ ਤੁਹਾਨੂੰ ਦਿਖਾਉਣੇ ਹੈ